ਰਾਮਦਾਸ।
ਮੈਂ ਤਮਾਮ ਕਾਇਨਾਤ ਨੂੰ, ਪੂਰੀ ਦੁਨੀਆ ਨੂੰ, ਹਿੰਦੁਸਤਾਨ ਨੂੰ, ਹਿੰਦੁਸਤਾਨੀ ਪੰਜਾਬੀਆਂ ਨੂੰ, ਸਿੱਖ ਵੀਰਾਂ ਨੂੰ, ਸਭ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ, ਲੱਖ ਲੱਖ ਵਧਾਈ ਹੋਵੇ। ਔਰ ਆਪਾਂ ਉਹਨਾਂ 'ਤੇ ਨਕਸ਼ਾ ਕਦਮ ਚੱਲੀਏ, ਆਪਾਂ ਭਾਈਚਾਰਕ ਸਾਂਝ ਵਧਾਈਏ, ਰਲ ਮਿਲ ਕੇ ਚੱਲੀਏ, ਸਾਰੇ ਅੜੀਏ, ਸਾਡੇ 'ਚ ਡਿਫਰੈਂਸਿਸ ਆ ਗਏ ਨੇ ਕੌਮਾਂ 'ਚ, ਇਹ ਦੂਰ ਕਰੀਏ ਅਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਕਰਿਆ ਕਰੀ, ਜਿਹੜਾ ਵੀ ਅਸੀਂ ਕੰਮ ਕਰਦੇ। ਬਿਜ਼ਨਸ ਨੂੰ ਲੈ ਕੇ ਕੁਛ ਕੀਤਾ ਜਾ ਸਕਦਾ, ਕਿਉਂਕਿ ਰਾਮਦਾਸ ਸਾਹਿਬ ਵੱਲੋਂ ਜਦੋਂ ਨਗਰੀ ਵਸਾਈ ਗਈ ਸੀ, ਬਿਜ਼ਨਸ ਬਹੁਤ ਜ਼ਿਆਦਾ ਕੀਤਾ ਗਿਆ। ਈਜ਼ ਆਫ ਡੂਇੰਗ ਬਿਜ਼ਨਸ ਹਮੇਸ਼ਾ ਗੱਲ ਕਰਦੇ ਹਾਂ, ਤਾਂ ਲੋਕਾਂ ਦਾ ਕਾਰੋਬਾਰ ਵਧੇ, ਇਹ ਕਰਾਂਗੇ, ਡੈਫੀਨੇਟਲੀ ਕਰਾਂਗੇ ਜੀ। ਮੈਂ ਤਾਂ ਦੁਬਾਰਾ ਪਰਮਾਤਮਾ ਨੇ ਸੇਵਾ ਦਿੱਤੀ ਹੈ ਜੀ, ਖੂਬਸੂਰਤੀ ਸ਼ਹਿਰ ਦੀ, ਵੈਸੇ ਤਾਂ ਸਮਾਜ ਚੰਗੀ ਚੱਲ ਰਿਹਾ ਕਰਾਂਗਾ, ਬਟ ਕਿਨਾਂ ਲੈਂਦੇ ਨੇ ਕਰੂਚਮੈਂਟਸ ਤੇ ਹੋਰ ਦੂਜੇ ਬਹੁਤ ਮਸਲੇ, ਸਾਰਾ ਕੁਝ ਕਰਾਂਗੇ। ਤੁਹਾਨੂੰ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਹੈ ਕਿ ਥੋੜਾ ਜਿਹਾ ਮੌਕਾ ਦੇ ਦਿਓ। ਠੀਕ ਹੈ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਸਮੂਹ ਸੰਗਤਾਂ ਬੜੀ ਧੂਮਧਾਮ ਨਾਲ ਮਨਾ ਰਹੀਆਂ ਨੇ। ਕੱਲ੍ਹ 11 ਤਰੀਕ ਨੂੰ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਔਰ ਉਸ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਅੱਜ ਨਗਰ ਕੀਰਤਨ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਯੋਜਿਤ ਕੀਤਾ ਜਾ ਰਿਹਾ, ਔਰ ਇਹ ਨਗਰ ਕੀਰਤਨ ਜਿੰਨੇ ਵੀ ਇਤਿਹਾਸਕ ਬਾਹਰਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਵਾਜ਼ੇ ਨੇ ਉਹਨਾਂ ਤੋਂ ਹੁੰਦਾ ਹੋਇਆ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ, ਔਰ ਸ਼ਾਮ ਨੂੰ ਜਿਹੜਾ ਹੈਗਾ ਇੱਥੇ ਦੀ ਸਮਾਪਤੀ ਹੋਵੇਗੀ। ਔਰ ਬਾਕੀ ਆਪ ਜੀ ਨੇ ਵੇਖਿਆ ਆ ਕਿ ਕਿਸ ਤਰ੍ਹਾਂ ਸੰਗਤਾਂ 'ਚ ਭਾਰੀ ਉਤਸ਼ਾਹ ਆ, ਅਲੌਕਿਕ ਜਿਹੜੀ ਇੱਥੇ ਫੁੱਲਾਂ ਦੀ ਡੈਕੋਰੇਸ਼ਨ ਆ ਉਹ ਵੇਖਣ ਨੂੰ ਮਿਲ ਰਹੀ ਆ, ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਕੱਲ੍ਹ ਇੱਥੇ ਜਿਹੜੇ ਹੈਗੇ ਪੂਰਾ ਦਿਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਉਹ ਜਿਹੜੇ ਹੈਗੇ ਗੁਰਮਤਿ ਸਮਾਗਮ ਹੋਣਗੇ, ਜਿਹਦੇ ਵਿੱਚ ਪੰਥ ਪ੍ਰਸਿੱਧ ਸਾਡੇ ਰਾਗੀ ਢਾਡੀ ਕਵੀਸ਼ਰ ਸਿੰਘ ਜਿਹੜੇ ਨੇ ਉਹ ਗੁਰੂ ਸਾਹਿਬ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਔਰ ਜੇਕਰ ਲੋਕਲ ਪੰਜਾਬ 'ਚ ਹੁੰਦਿਆਂ ਹੋਇਆਂ ਵੀ ਆਪਾਂ, ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਦਰਸ਼ਨ ਨਹੀਂ ਕਰ ਸਕਦੇ, ਤਾਂ ਘੱਟੋ ਘੱਟ ਇਹ ਮੇਰੇ ਖਿਆਲ ਪ੍ਰੋਗਰਾਮ ਜ਼ਿਆਦਾਤਰ ਲਾਈਵ ਚੱਲਣਗੇ, ਬਹੁਤ ਸਾਰੇ ਚੈਨਲਾਂ ਨੇ ਜਿਹੜਾ ਇਹਨਾਂ ਨੂੰ ਲਾਈਵ ਵੀ ਕਰਨਾ। ਮੈਂ ਬੇਨਤੀ ਕਰੂੰਗਾ ਸੰਗਤਾਂ ਨੂੰ ਕਿ ਉਹ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਨੂੰ ਲਾਈਵ ਜਿਹੜਾ ਉਹ ਦਰਸ਼ਨ ਜ਼ਰੂਰ ਕਰਨ। ਹਮੇਸ਼ਾ ਹੀ ਆਤਿਸ਼ਬਾਜ਼ੀ ਦਾ ਲੋਕ ਨਜ਼ਾਰਾ ਕਿਤੇ ਵੀ ਵੇਖਣ ਨੂੰ ਮਿਲਦਾ, ਕਿ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਵੇਖਣ? ਬਿਲਕੁਲ ਜੀ, ਦੀਪਮਾਲਾ ਹੋਏਗੀ ਰਾਤ ਨੂੰ, ਆਤਿਸ਼ਬਾਜ਼ੀ ਜਿਹੜੀ ਹੈਗੀ ਉਹ ਵੀ ਚਲਾਈ ਜਾਏਗੀ, ਔਰ ਇਸ ਦੇ ਨਾਲ ਨਾਲ ਜਿਹੜਾ ਹੈਗਾ ਉਹ ਹਰ ਸਾਲ ਦੀ ਤਰ੍ਹਾਂ ਜਿਹੜਾ ਹੈਗਾ ਉਹ ਜਲੌ ਵੀ ਸੱਜਣਗੇ। ਅਕਸਰ ਹੀ ਜਦੋਂ ਗੁਰਪੁਰਬ ਹੁੰਦੇ ਨੇ ਆਮੰਦ ਲਗਾਇਆ ਜਾਂਦਾ ਕਿ ਲੱਖ ਦੇ ਕਰੀਬ ਜਿਹੜੀ ਸੰਗਤ ਪਹੁੰਚਦੀ ਹੈ, ਇਹ ਦਿਨਾਂ 'ਚ ਕਿੰਨੀ ਕੁ ਸੰਗਤ ਹੋ ਜਾਂਦੀ ਹੈ? ਦੇਖੋ, ਮੇਰਾ ਖਿਆਲ ਹੈਗਾ ਵੀ
ਇਹਨਾਂ ਦੋ ਤਿੰਨ ਦਿਨ ਦੇ ਵਿੱਚ ਵਿੱਚ ਜੇ ਅਨੁਮਾਨ ਲਗਾਉਣਾ ਤਾਂ ਉਹ ਸੰਭਵ ਨਹੀਂ, ਕੋਈ ਅਨੁਮਾਨ ਹੀ ਨਹੀਂ ਹੁੰਦਾ ਵੀ 5 ਲੱਖ ਵੀ ਆ ਸਕਦੀ ਹੈ, 6 ਲੱਖ ਵੀ ਹੋ ਸਕਦੀ ਹੈਗੀ। ਬਿਲਕੁਲ ਜੀ, ਕੋਈ ਅੰਤ ਨਹੀਂ ਸੰਗਤ। ਅਤੇ ਸ਼੍ਰੋਮਣੀ ਕਮੇਟੀ ਵੱਲੋਂ ਫਿਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਹਰ ਹਾਲ ਵਿੱਚ ਉਪਰਾਲਾ ਕਰਦੀ, ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਹੈ ਕਿ ਜਿੰਨੀਆਂ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰੂਟੀਨ ਦੇ ਵਿੱਚ ਵੀ ਜਾਂ ਗੁਰਪੁਰਬਾਂ ਸਮੇਂ ਵੀ ਜਿਹੜੀ ਸੰਗਤ ਆਉਂਦੀ ਹੈਗੀ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਪਰ ਇਹਦੇ ਵਿੱਚ ਸੰਗਤ ਦਾ ਵੀ ਮੈਂ ਸਮਝਦਾ, ਸਭਾ ਸੁਸਾਇਟੀਆਂ ਦਾ, ਸੇਵਾਦਾਰਾਂ ਦਾ ਵੱਡੇ ਰੂਪ ਵਿੱਚ ਜਿਹੜਾ ਸਾਨੂੰ ਸਹਿਯੋਗ ਮਿਲਦਾ, ਅਸੀਂ ਉਹਨਾਂ ਦੇ ਵੀ ਰਿਣੀ ਹਾਂ। ਔਰ ਮੈਂ ਖਾਸ ਤੌਰ 'ਤੇ ਅੱਜ ਦੇ ਇਸ ਤੁਹਾਡੇ ਮਾਧਿਅਮ ਰਾਹੀਂ ਸਾਡੇ ਸਿੱਖ ਸੰਸਥਾ ਦੇ ਮੁਖੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਵੀ ਸਮੁੱਚੀ ਜਿਹੜੀ ਹੈਗੀ ਉਹ ਲਕਾਈ ਨੂੰ ਜਿਹੜੀ ਹੈ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਅਪੀਲ ਕਰਦਾ ਸੰਗਤਾਂ ਨੂੰ ਕਿ ਉਹ ਹਰ ਹਾਲਤ ਵਿੱਚ ਜਿਹੜਾ ਹੈਗਾ ਜਿਹੜੇ ਲੋਕਲ ਨੇ ਇੱਥੇ ਦਰਸ਼ਨ ਕਰ ਸਕਦੇ ਆ ਉਹ ਜ਼ਰੂਰ ਗੁਰੂ ਘਰ ਨਤਮਸਤਕ ਹੋਣ, ਪਰਿਵਾਰਾਂ ਸਮੇਤ ਨਤਮਸਤਕ।